नमस्कार दोस्तों, मैं अशोक चोपड़ा, आप देख रहे हैं सटी हलचल। बीबीएमबी के मुख्य अभियंता जनरेशन जगजीत सिंह को बीबीएमबी में बतौर सदस्य पावर नियुक्ति देने को लेकर उनके विभाग से जुड़े कर्मचारियों में हर्ष की लहर पाई जा रही है। और जगजीत सिंह अपना कार्यभार संभालने के उपरांत पहली बार जब अपने पुराने दफ्तर पहुंचे तो कर्मचारियों ने उनका भव्य स्वागत किया और इस मौके पर अपनी पुरानी यादों को ताज़ा रखने के लिए उन्होंने पुराने दफ्तर में पौधा भी रोपा। उनकी यह नियुक्ति स्थायी तौर पर अथवा जब तक कोई और नई नियुक्ति नहीं होती तब तक रहेगी। इस मौके पर क्या कहा बीबीएमबी के नए पावर सदस्य बने जगजीत सिंह ने, आप खुद ही सुने। ਡੈਨੀਅਲ ਸਾਹਿਬ ਥੋੜ੍ਹਾ ਜਿਹਾ ਇਹ ਮੈਂਬਰ ਪਾਵਰ ਦੀ 2 ਮਹੀਨਿਆਂ ਤੋਂ ਪੋਸਟ ਖਾਲੀ ਪਈ ਸੀਗੀ ਅਤੇ ਇਹਦਾ ਹੁਣ ਅਡੀਸ਼ਨਲ ਚਾਰਜ ਮਿਲਦਾ ਹੈ ਮਿਨਿਸਟਰੀ ਆਫ ਪਾਵਰ ਗਵਰਨਮੈਂਟ ਆਫ ਇੰਡੀਆ ਤੋਂ। ਉਹ ਫਿਰ ਸੀਨੀਓਰਟੀ ਦੇ ਹਿਸਾਬ ਨਾਲ ਜਿਹੜਾ ਸੀਨੀਅਰ ਮੋਸਟ ਚੀਫ ਇੰਜੀਨੀਅਰ ਹੁੰਦਾ ਉਹਨੂੰ ਅਡੀਸ਼ਨਲ ਚਾਰਜ ਦੇ ਦਿੰਦੇ ਆ। ਵੈਰ ਕਿ ਚਲੋ ਕੋਇੰਸੀਡੈਂਟਲੀ ਸੀਨੀਓਰਟੀ 'ਚ ਮੇਰਾ ਨੰਬਰ ਆਉਂਦਾ ਸੀ, ਮੇਰਾ ਨਾਮ ਗਿਆ ਸੀਗਾ ਇਲੈਕਸ਼ਨ ਤੋਂ ਪਹਿਲਾਂ, ਬਟ ਉਹ ਕੋਲ ਲੱਗ ਗਿਆ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਗਿਆ। 5 ਤਰੀਕ ਨੂੰ ਫਿਰ ਉੱਥੋਂ ਅਪਰੂਵਲ ਆਈ ਆ ਆਪਣਾ ਮਿਨਿਸਟਰੀ ਆਫ ਪਾਵਰ ਤੋਂ ਨਾ। 5 ਨੂੰ ਫਿਰ ਮੈਂ ਚੰਡੀਗੜ੍ਹ ਸੀ ਮੀਟਿੰਗ 'ਚ, ਫਿਰ 5 ਤਰੀਕ ਨੂੰ ਜੁਆਇਨ ਕਰ ਲਿਆ। ਹਾਂਜੀ ਹਾਂਜੀ। ਇਸ ਤੋਂ ਬਾਅਦ ਆਪਣੀਆਂ ਪ੍ਰਾਥਮਿਕਤਾਵਾਂ ਕੀ ਰਹਿਣਾ, ਪ੍ਰਾਇਓਰਟੀਜ਼ 'ਤੇ ਦੇਖੋ ਆਪਣੀ ਮੇਨ ਪਾਵਰ ਦਾ ਹੀ ਆ ਕਿ ਪਾਵਰ ਦੀ ਜਿਹੜੀ ਆਪਣੀ ਜਨਰੇਸ਼ਨ ਅਤੇ ਟਰਾਂਸਮਿਸ਼ਨ ਜਿਹੜੀ ਆ ਕਿਤੇ ਦੀ ਮਤਲਬ ਜਿੰਨੀ ਵੱਧ ਤੋਂ ਵੱਧ ਹੋ ਸਕੇ ਆ, ਖਾਸ ਕਰਕੇ ਆ ਹੁਣ ਜਿਹੜਾ ਪੀਕ ਸੀਜ਼ਨ 'ਚ ਚਾੜੇ ਪਾਰਟਨਰਸ਼ਿਪ ਕਰਨ ਬਹੁਤ ਲੋੜ ਹੁੰਦੀ ਆ ਪਾਵਰ ਦੀ, ਅਤੇ ਪਿੱਛੋਂ ਪਾਣੀ ਵੀ ਬਹੁਤ ਆਉਂਦਾ, ਉਹ 'ਚ ਅਸੀਂ ਮਸ਼ੀਨਾਂ ਦੀ ਜਿਹੜੀ ਮੈਕਸੀਮਮ ਅਵੇਲੇਬਿਲਟੀ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਜਿਹੜੀ ਅਵੇਲੇਬਿਲਟੀ ਮੈਕਸੀਮਮ ਇਨਸ਼ੋਰ ਕਰਾਂਗੇ ਤਾਂ ਕਿ ਪਾਵਰ ਜਿਹੜੀ ਹੈ ਮੈਕਸੀਮਮ ਜਨਰੇਟ ਕਰਕੇ ਅਤੇ ਮੈਕਸੀਮਮ ਟਰਾਂਸਮਿਟ ਕਰਕੇ ਲੋਕਾਂ ਤੱਕ ਪਹੁੰਚਾਈ ਜਾਵੇ, ਪਾਰਟਨਰ ਸਟੇਟਸ ਤੱਕ, ਅਤੇ ਪਾਣੀ ਨੂੰ ਜਿਹੜਾ ਸਾਡੇ ਕੋਲ ਆ ਰਿਹਾ ਪਿੱਛੋਂ ਉਹਨੂੰ ਯੂਟੀਲਾਈਜ਼ ਕੀਤਾ ਜਾਵੇ ਕੰਸਟਰਕਟਿਵਲੀ। ਮੈਨ ਪਾਵਰ ਬਾਰੇ ਵੀ ਕੁਛ ਜਿਹੜਾ ਘੱਟ ਹੈ ਜੀ, ਚੇਅਰਮੈਨ ਸਾਹਿਬ ਦੀ ਗੱਲ ਕਹਿ ਗਏ ਸੀਗੇ ਕੁਛ ਆਪਾਂ ਆਊਟਸੋਰਸ ਵੀ ਕਰ ਰਹੇ ਹਾਂ ਇਹਦੇ ਰਿਗਾਰਡਿੰਗ। ਮੈਨ ਪਾਵਰ ਪਲਾਂਟ ਖਾਲੀ ਪਿਆ ਜੀ, ਮਤਲਬ ਕਾਫੀ ਜ਼ਿਆਦਾ ਚਰਚਾ ਵਿਸ਼ੇ ਬਣਿਆ ਸੀ, ਮੈਂਟੇਨੈਂਸ ਦੇ ਕਾਰਜ ਤੋਂ ਹੱਥ ਹੈ ਟਾਊਨਸ਼ਿਪ 'ਚ ਵੀ, ਦੂਜੇ ਪਾਸੇ ਪਾਵਰ ਜਨਰੇਸ਼ਨ ਦੇ ਵੀ ਅੰਦਰ ਕਿ ਪਾਵਰ ਖਾਲੀ ਪਿਆ ਉਹਦੇ ਰਿਗਾਰਡਿੰਗ ਕੁਛ ਛੇਤੀ ਸ਼ੋਰਟਲੀ
ਕੀ ਪਲਾਨਿੰਗ ਹੈ? ਮੈਨ ਪਾਵਰ ਤੇ ਦੇਖੋ ਇੱਕ ਬੰਦਾ ਜਿਹੜਾ ਵੀ ਜੁਆਇਨ ਕਰਦਾ ਉਹਨੇ ਆਪਣੇ ਸਮੇਂ ਨਾਲ ਰਿਟਾਇਰ ਹੋਣਾ ਹੀ ਆ। ਰਿਟਾਇਰਮੈਂਟ ਕਰਕੇ ਮੈਨ ਪਾਵਰ ਦੀ ਪ੍ਰੋਬਲਮ ਆ ਰਹੀ ਪਿੱਛੇ, ਬਟ ਹੁਣ ਇੱਕ ਕਮੇਟੀ ਜੀ ਬਣਾਈ BBMA ਨੇ ਰਿਕਰੂਟਮੈਂਟ ਦੀ, ਅਤੇ ਉਨੀ ਦੇਰ ਤੱਕ ਅਸੀਂ ਕੁਛ ਬੰਦੇ ਜਿਹੜੇ ਰਿਟਾਇਰ ਹੁੰਦੇ ਆ ਉਹਨਾਂ ਨੂੰ ਰੀਇੰਪਲਾਇਮੈਂਟ ਵੀ ਦੇ ਦਿੰਦੇ ਹਾਂ, ਜਿਹੜੇ ਟੈਕਨੀਕਲ ਬੰਦਿਆਂ ਨੂੰ 62 ਸਾਲ ਤੱਕ ਅਤੇ ਨੋਨ ਟੈਕਨੀਕਲ ਨੂੰ 62 ਸਾਲ ਤੱਕ, ਟੈਕਨੀਕਲ ਨੂੰ 64 ਤੱਕ ਵੀ ਦੇ ਦਿੰਦੇ ਆਪਾਂ, ਅਤੇ ਉਹਦੇ ਨਾਲ ਕੰਮ ਚੱਲੀ ਜਾਂਦਾ। ਮੀਨਵਾਈਲ ਜਿਹੜੀ ਕਮੇਟੀ ਬਣੀ ਆ ਉਹ ਰਿਕਰੂਟਮੈਂਟ ਦੀ, ਅਤੇ ਕੁਛ ਨਾ ਕੁਛ ਬਾਕੀ ਪਾਰਟਨਰ ਸਟੇਟਸ ਨੂੰ ਵੀ ਲਿਖੀ ਜਾਂਦੇ ਆ, ਉੱਧਰੋਂ ਵੀ ਕੁਛ ਨਾ ਕੁਛ ਆ ਹੀ ਜਾਂਦੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੋਂ ਕੁਛ ਆਊਟਸੋਰਸ ਵੀ ਐਕਟੀਵਿਟੀਜ਼ ਕਰੀ ਜਾ ਰਹੇ ਆ। ਅੱਜ ਸਮੂਹ ਸਟਾਫ ਵੱਲੋਂ ਵਧਾਈ ਦਿੱਤੀ ਗਈ ਸਰ, ਬੂਟੇ ਵੀ ਲਗਾਏ ਗਏ, ਇਹਦੇ ਬਾਰੇ ਇਨਵਾਇਰਮੈਂਟ ਦੇ ਰਿਗਾਰਡਿੰਗ ਸਰ ਕੀ? ਆ ਬੂਟੇ ਲਾਉਣਾ ਤਾਂ ਦੇਖੋ ਹੁਣ ਤੁਹਾਡਾ ਵੀ ਅੱਜ ਸ਼ਗਨ ਵਾਧਨ ਚੇਂਜ ਕਰ ਦਿੱਤਾ, ਬਜਾਏ ਗਈ ਪਲਾਂਟੇਸ਼ਨ ਲਗਾ ਕੇ, ਉਹਦੇ ਰਿਗਾਰਡਿੰਗ ਥੋੜ੍ਹਾ ਚੇਅਰਮੈਨ ਸਾਹਿਬ ਨੇ ਵੀ ਕੱਲ੍ਹ ਕਿਹਾ ਵੀ ਆਪਾਂ ਰੇਨ ਵਾਟਰ ਜਿਹੜੀ ਹਾਰਵੈਸਟਿੰਗ ਹੈ ਉਹਦਾ ਵੀ ਕਰ ਰਹੇ ਹਾਂ, ਇਨਵਾਇਰਮੈਂਟ ਦਾ ਵੀ ਕਰ ਰਹੇ ਹਾਂ, ਪਲਾਂਟੇਸ਼ਨ ਦਾ ਵੀ ਕਰ ਰਹੇ ਵੀ ਨਾਲ ਵੀ ਚੱਲ ਰਿਹਾ ਜਾਂ ਮਨ ਪਲਾਂਟੇਸ਼ਨ ਤੇ ਦੇਖੋ ਹੁਣ ਸਮੇਂ ਦੀ ਲੋੜ ਹੈ, ਔਰ ਬੜੀ ਖੁਸ਼ੀ ਹੈ ਕਿ ਲੋਕ ਕਾਫ਼ੀ ਇਹਦੇ 'ਚ ਅਵੇਅਰ ਹੋ ਰਹੇ ਨੇ, ਅਤੇ ਹੁਣ ਪ੍ਰਾਈਮ ਮਿਨਿਸਟਰ ਵੱਲੋਂ ਵੀ ਟਾਰਗੇਟ ਆਇਆ ਤਾ ਕਿ ਇੱਕ ਪੇੜ ਨਾਮਾ ਕੇ ਨਾਮ, ਅਤੇ 80 ਕਰੋੜ ਪੇੜ ਲਾਉਣੇ ਨੇ ਸਤੰਬਰ ਤੱਕ, ਅਤੇ 140 ਕਰੋੜ ਮਾਰਚ ਤੱਕ ਦਾ ਟੀਚਾ ਹੈ, ਅਤੇ ਉਹਦੇ 'ਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ। ਅਤੇ ਜਿੱਥੋਂ ਤੱਕ ਰੇਨ ਵਾਟਰ ਹਾਰਵੈਸਟਿੰਗ ਦਾ ਸਵਾਲ ਹੈ, ਅਤੇ ਪਾਣੀ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੁਣ ਆਪਣਾ ਲੈਵਲ ਡਾਊਨ ਜਾ ਰਿਹਾ ਥੱਲੇ, ਅਤੇ ਰੇਨ ਵਾਟਰ ਜਿਹੜਾ ਕੁਦਰਤੀ ਸਾਡੇ ਕੋਲ ਆਉਂਦਾ ਅਤੇ ਉਹ ਵੇਸਟ ਹੋ ਜਾਂਦਾ, ਅਤੇ ਉਦੋਂ ਸਰਕਾਰ ਨੇ ਵੀ ਕੀਤਾ ਕਿ ਜਿਹੜੇ 200 ਗਜ਼ ਤੋਂ ਉੱਪਰ ਅੱਜ ਕੱਲ੍ਹ ਘਰ ਬਣਾਉਂਦੇ ਉੱਥੇ ਰੇਨ ਵਾਟਰ ਹਾਰਵੈਸਟਿੰਗ ਜ਼ਰੂਰੀ ਆ। ਮੇਰਾ ਵੀ ਆਪਣਾ ਘਰ 250 ਗਜ਼ ਦਾ ਅੰਮ੍ਰਿਤਸਰ, ਮੈਂ ਵੀ ਰੇਨ ਵਾਟਰ ਹਾਰਵੈਸਟਿੰਗ ਕੀਤੀ ਹੋਈ ਆ, ਪਾਣੀ ਜਿਹੜਾ ਥੱਲੇ ਛੱਤ ਆ ਉਹ ਥੱਲੇ ਬੋਰ ਕਰਕੇ ਅਤੇ ਥੱਲੇ ਜ਼ਮੀਨ 'ਚ ਜਾਂਦਾ, ਅਤੇ ਅਸੀਂ ਮੈਂ ਅਤੇ ਈਵਨ ਜਿਹੜਾ ਏਸੀਆਂ ਦਾ ਪਾਣੀ ਵੀ ਮੇਰਾ ਉਹ ਵੀ ਮੈਂ ਨਾ ਕਲੈਕਟ ਕਰਕੇ ਇੱਕ ਟੈਂਕੀ ਲਾਈ ਹੋਈ ਆ, ਅਤੇ ਉਹ ਟੈਂਕੀ ਦਾ ਆਊਟਲੈਟ ਫਿਰ ਬਾਥਰੂਮ 'ਚ ਦਿੱਤਾ, ਅਤੇ ਉਹ ਮੈਂ ਪਾਣੀ ਗਮਲਿਆਂ 'ਚ ਯੂ ਪਾਉਂਦਾ ਅਤੇ ਬੈਟਰੀਆਂ 'ਚ ਪਾਉਂਦਾ। ਸੋਲਰ ਪਾਵਰ ਲਾਇਆ ਹੋਇਆ ਮੈਂ ਛੋਟਾ ਜਿਹਾ, 2.5 ਕਿਲੋਵਾਟ ਦਾ, ਅਤੇ ਉਹ ਪਾਣੀ ਬੈਟਰੀਆਂ 'ਚ ਵੀ ਪਾਈਦਾ, ਕਾਰ ਦੀ ਬੈਟਰੀ 'ਚ ਵੀ ਪਾਈਦਾ, ਅਤੇ ਬਾਕੀ ਐਕਸੈਸ ਪਾਣੀ ਵੀ ਯੂਜ਼ ਕਰੀਦਾ, ਵੇਸਟ ਨਹੀਂ ਕਰੀਦਾ ਪਾਣੀ। ਅਤੇ ਇਸ ਮਤਲਬ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ, ਪਾਣੀ ਲਾਈਫ ਲਾਈਨ ਹੈ ਬੰਦੇ ਦੀ, ਪਾਣੀ ਤੋਂ ਬਗੈਰ ਕਦੀ ਸੋਚ ਕੇ ਵੇਖੋ ਇੱਕ ਦਿਨ ਪਾਣੀ ਨਾ ਆਵੇ ਤਾਂ, ਈਵਨ ਬਿਜਲੀ ਤੋਂ ਬਗੈਰ ਫਿਰ ਵੀ ਸਰ ਜਾਂਦਾ, ਪਾਣੀ ਤੋਂ ਬਗੈਰ ਤਾਂ ਬਿਲਕੁਲ ਨਹੀਂ ਸਰਦਾ, ਅਤੇ ਪਾਣੀ ਜ਼ਰੂਰ ਮਤਲਬ ਸਾਰਿਆਂ ਨੂੰ ਇਹਦੀ ਸੇਵਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ। ਸਿਟੀ ਹਲਚਲ ਕੇ ਲਈ ਨੰਗਲ ਸੇ ਕਰਨ ਚੋਪੜਾ ਕੀ ਰਿਪੋਰਟ।